ਚਿਕਨ ਵਾਲੇ ਪਕੌੜੇ ਵੀ ਬਣਾਉਣੇ ਆ, ਉਹ ਵੀ ਵਿੱਚ ਮਿਕਸ ਕਰ ਲਵਾਂਗੇ। ਪਹਿਲੇ ਜੀ ਮੇਥੀ ਪਾਵਾਂਗੇ, ਮੇਰੀ ਘਰ ਦੀ ਮੇਥੀ ਹੈ, ਕਿਆਰੀ ਚ ਲਾਈ ਸੀ ਅਤੇ ਮਾਸ਼ਾਅੱਲਾ ਹੁਣ ਫਿਰ ਸਬਜ਼ੀ ਦਾ ਮੌਸਮ ਹੋਣ ਡਿਆ ਤਾਂ ਹੁਣ ਫਿਰ ਕਿਆਰੀ 'ਚ ਲਗਾਵਾਂਗੇ। ਸਾਲ ਪੂਰਾ ਸਟਾਕ ਹੁਣ ਫਿਰ ਲਾ ਲੈਣੀ ਹੈ। ਬਿਸਮਿਲ੍ਲਾ, ਨਮਕ ਪਾਵਾਂਗੇ, ਲਾਲ ਮਿਰਚਾਂ, ਜ਼ੀਰਾ, ਕਾਲੀਆਂ ਮਿਰਚਾਂ। ਇਹ ਪਕੌੜਿਆਂ ਦਾ ਸਮਾਨ ਜਿਹੜਾ ਨਾ, ਦੇ ਵਿੱਚ ਪਕੌੜਿਆਂ 'ਚ ਮੇਥੀ ਨਾ ਪਵੇ, ਸਵਾਦ ਹੀ ਨਹੀਂ ਲੱਗਦੇ। ਬੇਸਣ ਪਾ ਲਾਂਗੇ, ਥੋੜ੍ਹਾ ਜਿਹਾ ਵਿੱਚ ਆਟਾ ਪਾਵਾਂਗੇ,
ਚੰਗੀ ਤਰ੍ਹਾਂ ਹੁਣ ਇਹਨੂੰ ਮਿਕਸ ਕਰ ਲਾਂਗੇ। ਹਾਂਜੀ ਜੀ, ਹੁਣ ਚੰਗੀ ਤਰ੍ਹਾਂ ਬਣਾ ਲਾਂਗੇ, ਮਿਕਸ ਕਰ ਲਾਂਗੇ। ਮਾਸ਼ਾਅੱਲਾ ਜੀ, ਮੌਸਮ ਬੜਾ ਪਿਆਰਾ ਹੈਗਾ ਬਾਰਿਸ਼ ਵਾਲਾ, ਅਤੇ ਜਿੱਦਾਂ ਕਿ ਬਾਰਿਸ਼ ਕੋਈ ਨਹੀਂ ਇੰਜੋਏ ਕੀਤਾ। ਕੌਣ ਕੌਣ ਬਾਰਿਸ਼ ਹੋਵੇ ਅਤੇ ਪਕੌੜੇ ਬਣਾਉਂਦਾ ਹੈਗਾ, ਤੁਸੀਂ ਇਹ ਵੀ ਲਾਜ਼ਮੀ ਕਮੈਂਟ ਕਰਕੇ ਦੱਸਣਾ ਵਾ। ਨਮਕ ਚੈੱਕ ਕਰ ਲਾਂਗੇ ਮਾੜਾ ਜਿਹਾ। ਹੁਣ ਝੱਟ ਕੇ ਇਹਨੂੰ ਪਿਆ ਰਹਿਣ ਦਾਂਗੇ, ਫਿਰ ਬਣਾਉਂਦੇ ਹਾਂ ਪਕੌੜੇ। ਹਾਂਜੀ ਜੀ, ਚਿਕਨ ਜਿਹੜਾ ਹੈਗਾ ਉਹ ਛੋਟਾ ਛੋਟਾ ਨਿੱਕੀਆਂ ਨਿੱਕੀਆਂ ਬੋਟੀਆਂ ਕਰ ਲਈਆਂ, ਕਿਉਂਕਿ ਫਰਾਈ 'ਚ ਚੰਗੀ ਤਰ੍ਹਾਂ ਫਰਾਈ ਹੋ ਜਾਵੇ। ਅਤੇ ਇਹ ਚਿਕਨ ਨੂੰ ਜੀ ਸਿਰਫ ਹਲਕਾ ਜਿਹਾ ਨਮਕ ਲਗਾਵਾਂਗੇ, ਕਿਉਂਕਿ ਬਾਅਦ 'ਚ ਇਸੇ ਬੇਸਣ ਦੇ ਵਿੱਚ ਹੀ ਡਿਪ ਕਰ ਕਰਕੇ ਨਾ ਪਕੌੜੇ ਬਣ ਜਾਣਗੇ। ਅਤੇ ਆਲੂਆਂ ਨੂੰ ਵੀ ਨਮਕ ਲਗਾ ਲਈਏ। ਹਾਂਜੀ ਜੀ, ਸਮਾਨ ਹੋ ਗਿਆ ਵਾ ਰੈਡੀ, ਅਤੇ ਹੁਣ ਚੱਲਦੇ ਹਾਂ ਕਿਚਨ ਦੇ ਵਿੱਚ, ਅਤੇ ਕੱਢਦੇ ਹਾਂ ਪਕੌੜੇ, ਅਤੇ ਨਾਲ ਬਣਾਉਂਦੇ ਹਾਂ ਚਾਹ ਗਰਮਾ ਗਰਮ, ਅਤੇ ਇੰਜੋਏ ਕਰਦੇ ਹਾਂ। ਹਾਂਜੀ ਮਾਸ਼ਾਅੱਲਾ ਜੀ, ਮਾਸ਼ਾਅੱਲਾ, ਘੀ ਜਿਹੜਾ ਵਾ ਉਹ ਗਰਮ ਕਰਨਾ ਰੱਖਤਾ ਵਾ, ਅਤੇ ਚਿਕਨ ਜਿਹੜਾ ਹੈਗਾ ਇਹਦੇ ਵਿੱਚ ਰੱਖ ਪਾ ਦਾਂਗੇ। ਇੱਥੇ ਇਹਨੂੰ ਮਿਕਸ ਕਰ ਕਰਕੇ ਚੰਗੀ ਤਰ੍ਹਾਂ ਮਸਾਲਾ ਲੱਗ ਜੂਗਾ। ਥੋੜ੍ਹੇ ਪਾਵਾਂਗੇ, ਉਨਾ ਚਿਰ ਚਿਕਨ ਦੇ ਵਿੱਚ ਮਸਾਲਾ ਜਿਹੜਾ ਰਲ ਜੂਗਾ ਅਤੇ ਆਪਾਂ ਪਕੌੜੇ ਬਣਾ ਲੈਂਦੇ ਹਾਂ। ਹਾਂਜੀ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ,
ਬੜੀ ਮਜ਼ੇ ਦੀ ਖੁਸ਼ਬੂ ਆਉਣ ਡਈ ਤੇ ਪਕੌੜਿਆਂ ਦਾ ਆਪਣਾ ਪਹਿਲਾ ਪੂਰ ਨਿਕਲ ਆਇਆ। ਤੇ ਹੁਣ ਪਾਵਾਂਗੇ ਚਿਕਨ ਵਾਲੇ ਪਕੌੜੇ ਬਣਾਵਾਂਗੇ, ਆਲੂ ਪਿਆਜ਼ ਵਾਲੇ ਪਕੌੜੇ ਬਣਗੇ। ਬਿਸਮਿਲਲਾਹ ਦੀ ਹਾਂਜੀ, ਕਿਹਨੂੰ ਕਿਹਨੂੰ ਚਿਕਨ ਪਕੌੜਾ ਪਸੰਦ ਆ ਉਹ ਵੀ ਦੱਸਣਾ ਵਾ। ਹੁਣ ਚੰਗੀ ਤਰ੍ਹਾਂ ਫਰਾਈ ਹੋਣ ਦਾਂਗੇ। ਹਾਂਜੀ, ਦੂਸਰੇ ਚੁੱਲ੍ਹੇ 'ਤੇ ਆਪਾਂ ਰੱਖਾਂਗੇ ਚਾਏ, ਕਿਉਂਕਿ ਨਾਲ ਅਗਰ ਪਕੌੜੇ ਹੋਣ ਤਾਂ ਚਾਹ ਨਾ ਹੋਵੇ ਤਾਂ ਮਜ਼ਾ ਨਹੀਂ ਆਉਂਦਾ। ਅਗਰ ਚਾਹ ਨਾ ਹੋਵੇ ਤਾਂ ਨਾਲ ਹੋਣੀ ਚਾਹੀਦੀ ਆ ਬੋਤਲ, ਅਸੀਂ ਬਣਾਵਾਂਗੇ। ਨਾਲ ਚਾਹ, ਹੱਥ ਥੋੜ੍ਹੀ ਜਿਹੀ ਹਲਕੀ ਰੱਖਾਂਗੇ ਕਿਉਂਕਿ ਪਕੌੜੇ ਅੰਦਰੋਂ ਵੀ ਜਿਹੜਾ ਚਿਕਨ ਆ ਬੋਟੀ ਤਾਂ ਛੋਟੀ ਰੱਖੀ, ਲੇਕਿਨ ਫਿਰ ਵੀ ਚਿਕਨ ਜਿਹੜਾ ਨਾ ਅੰਦਰੋਂ ਵੀ ਪੱਕ ਜਾਵੇ ਚੰਗੀ ਤਰ੍ਹਾਂ। ਹਾਂਜੀ ਜੀ, ਚਾਹ ਰੱਖੀ ਹੈ, ਇੱਧਰ ਚਿਕਨ ਪਕੌੜਾ ਬਣਨ ਡਿਆ ਅਤੇ ਚੀਨੀ ਪਾ ਲਾਂਗੇ। ਦੋ ਤਿੰਨ ਚਾਰ ਪੰਜ। ਹਾਂਜੀ, ਮਾਸ਼ਾਅੱਲਾ ਮੌਸਮ ਬੜਾ ਇੰਜੋਏ ਵਾਲਾ ਵਾ ਅਤੇ ਮਹਿਮਾਨ ਵੀ ਆਏ ਹੋਏ ਆ। ਮੈਂ ਅੱਜ ਮਹਿਮਾਨ ਹੀ ਬਾਰਿਸ਼ ਲੈ ਕੇ ਆਏ ਆ, ਚਲੋ ਸਾਡੇ ਇੰਨਾ ਚਿਰ ਹੋ ਗਿਆ ਬਾਰਿਸ਼ ਮੰਗ ਮੰਗ ਥੱਕ ਗਏ। ਚਲੋ ਜੀ, ਪੱਤੀ ਪਾ ਲਾਂਗੇ, ਚਾਹ ਨੂੰ ਚੰਗੀ ਤਰ੍ਹਾਂ ਫੈਂਟ ਫੈਂਟ ਕੇ ਪਕਾਵਾਂਗੇ। ਹਾਂਜੀ ਜੀ, ਪਕੌੜੇ ਕੱਢ ਲਾਂਗੇ ਸਾਰੇ, ਇੱਕ ਸਾਈਡ 'ਚ ਇਕੱਠੇ ਰੱਖ ਲਾਂਗੇ। ਜੀ ਨਾਨ ਮੰਗਵਾਏ ਸੀ ਅਸੀਂ, ਅਤੇ ਨਾਨ ਪਕੌੜਾ ਤਾਂ ਹਰ ਵੀ ਖਾਂਦਾ ਹੈਗਾ ਵਾ, ਅਤੇ ਅਸੀਂ ਨਾਨ ਮੰਗਵਾਏ ਸੀ ਅਤੇ ਸੁਬਹਾ ਉਹ ਦਾਨ ਅੱਧਾ ਪਿਆ ਸੀ, ਮੈਂ ਕਿਹਾ ਉਹ ਵੀ ਵਿੱਚ ਹੀ ਫਰਾਈ ਕਰ ਲਈਏ। ਹਾਂਜੀ ਜੀ, ਆ ਚਿਕਨ ਵਾਲੇ ਪਕੌੜੇ, ਆ ਦੂਸਰੇ ਪਿਆਜ਼ ਵਾਲੇ ਪਕੌੜੇ ਬਣ ਕੇ ਰੈਡੀ ਹੋ ਗਏ ਆ। ਨਾਨ ਨੂੰ ਹਿਲਾ ਲਈਏ। ਪਰੌਣਿਆਂ ਨੂੰ ਦਿੰਦੇ ਨਾਲ ਨਾਲ ਖਾਈ ਜਾਣ, ਨਾਲ ਨਾਲ ਚਾਹ ਬਣ ਜਾਏ। ਕੈਚਅਪ ਜਿਹੜੇ ਆ ਉਹਨਾਂ ਦੀ ਮਰਜ਼ੀ, ਜਿਹੜਾ ਮਰਜ਼ੀ ਕੈਚਅਪ ਇਸਤੇਮਾਲ ਕਰਨ, ਜਿਹੜਾ ਮਰਜ਼ੀ ਖਾਣ। ਅਤੇ ਪਕੌੜੇ ਪਰੌਣਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਵਾਰ ਇੱਕ ਪਕੌੜਾ ਅਸੀਂ ਆਪ ਹੀ ਚੈੱਕ ਕਰ ਲਈਏ। ਮੈਂ ਜਦੋਂ ਕੱਚਾ ਮਸਾਲਾ ਚੈੱਕ ਕੀਤਾ ਸੀ ਨਾ, ਮੈਨੂੰ ਉਦੋਂ ਹੀ ਬਹੁਤ ਸਵਾਦੀ ਲੱਗਦੀ ਸੀ।
ਉਹਨਾਂ ਨੂੰ ਵਿੱਚ ਨਹੀਂ ਲੈ ਕੇ ਆਉਂਦੇ, ਉਹਨਾਂ ਨੂੰ ਜਾ ਕੇ ਦਿੰਦੀ ਹਾਂ ਖਾਣ ਪੀਣ ਨੂੰ ਦਵਾਈ ਕਰਨ, ਅਤੇ ਤੁਸੀਂ ਨਾਲ ਹੀ ਕਰੋ। ਪਕੌੜੇ ਗਰਮ ਗਰਮ ਹੀ ਮਜ਼ੇ ਦੇ ਨਾਨ ਬਣ ਕੇ ਰੈਡੀ ਹੋ ਗਿਆ ਨਾਨ ਪਕੌੜਾ। ਅਤੇ ਹੁਣ ਚਿਪਸ ਜਿਹੜੀ ਆ ਉਸ ਨਮਕ ਲਗਾ ਕੇ ਰੱਖਤੀ ਸੀ ਅਤੇ ਹੁਣ ਕਰ ਲਾਂਗੇ ਫਰਾਈ। ਅਤੇ ਨਮਕ ਵਾਲੀ ਚਿਪਸ ਆ, ਆਹ ਜਿਹੜੀ ਥੋੜ੍ਹੀ ਜਿਹੀ ਚਿਪਸ ਬਚੂਗੀ ਇਹ ਆਪਾਂ ਬੇਸਣ 'ਚ ਮਿਕਸ ਕਰ ਲਾਂਗੇ, ਇਹ ਬੇਸਣ ਵਾਲੀ ਬਣ ਜੂਗੀ। ਅੱਜ ਤੁਹਾਨੂੰ ਥੋੜ੍ਹੀ ਥੋੜ੍ਹੀ ਨਵੀਂ ਨਵੀਂ ਰੈਸਪੀ ਸਾਰੀ ਮੈਂ ਸਿਖਾ ਦੇਣੀ ਹੈ। ਚਾਏ ਜਿਹੜੀ ਆ ਉਹ ਬਣ ਕੇ ਰੈਡੀ ਹੋ ਗਈ ਆ, ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ। ਇਹਨੂੰ ਪੱਕਣ ਦਿੰਦੇ ਹਾਂ। ਹਾਂਜੀ ਹਾਂਜੀ, ਇਹ ਚਿਪਸ ਵੀ ਬਣ ਕੇ ਰੈਡੀ ਹੋ ਗਈ ਆ, ਇਹ ਵੀ ਕੱਢ ਲਾਂਗੇ। ਹਾਂਜੀ, ਬੇਸਣ ਵਾਲੀ ਚਿਪਸ ਪਾਵਾਂਗੇ। ਹਾਂਜੀ, ਚਿਪਸ ਕੱਢ ਲਈ ਆ ਅਤੇ ਬੇਸਣ ਵਾਲੀ ਚਿਪਸ ਪਾਵਾਂਗੇ। ਇੰਜੀ ਪੱਕਣ ਦੇਵਾਂਗੇ। ਹਾਂਜੀ, ਮਾਸ਼ਾਅੱਲਾ ਜੀ, ਬੇਸਣ ਵਾਲੀ ਚਿਪਸ ਵੀ ਤਿਆਰ ਹੋ ਗਈ ਆ। ਹੁਣ ਜੀ ਪਕੌੜੇ ਕੱਢ ਲਾਂਗੇ, ਹੁਣ ਚਿਕਨ ਅਤੇ ਦੂਸਰੇ ਸਾਰੇ ਮਿਕਸ ਹੀ ਕੱਢ ਲਾਂਗੇ। ਪਕੌੜੇ ਜੀ ਸਾਡੇ ਬਣ ਕੇ ਰੈਡੀ ਹੋ ਗਏ ਆ, ਖਾ ਵੀ ਲਿਆ, ਜਾਂ ਥੋੜ੍ਹੇ ਰਹਿ ਗਏ, ਮੈਂ ਤਾਂ ਖਾਵਾਂਗੀ ਰਾਇਤੇ ਦੇ ਨਾਲ। ਅੱਜ ਹੀ ਰਾਇਤਾ ਪਿਆ ਵਾ ਅਤੇ ਕੱਪ ਜਿਹੜੇ ਹੈਗੇ ਉਹ ਖਾ ਚਾਹੇ ਹੀ ਰੈਡੀ ਕਰ ਲਾਂ। ਚਾਹ ਜੀ ਹੁਣ ਪਾਉਣ ਲਾਂਗੇ, ਪੱਕ ਤੇ ਪਹਿਲੇ ਗਈ ਸੀ, ਮੈਂ ਕਿਹਾ ਥੋੜਾ ਸਿੱਕਾ ਹੋਰ ਦਵਾਉਣਾ। ਬਿਸਮਿਲਲਾ ਕਰਦੇ ਹਾਂ, ਬਿਸਮਿਲਲਾ।
ਆਏਗਾ ਤੁਹਾਨੂੰ ਵੀ ਲੋਕ ਕਿੱਦਾਂ ਲੱਗਿਆ ਤੁਸੀਂ ਜ਼ਰੂਰ ਦੱਸਣਾ ਹੈਗਾ। ਮੌਸਮ ਵੀ ਮਾਸ਼ਾਅੱਲਾ ਬੜਾ ਹੀ ਜ਼ਬਰਦਸਤ, ਹਜੇ ਵੀ ਬੱਦਲ ਆਏ ਹੋਏ ਆ ਅਤੇ ਬਾਰਿਸ਼ ਤਾਂ ਰੁਕ ਗਈ ਆ। ਬੜਾ ਇੰਜੋਏ ਕੀਤਾ ਬਰਸਾਤ ਦੇ ਮੌਸਮ 'ਚ, ਬਾਰਿਸ਼ ਆਪਣਾ ਆਪਣਾ ਹੀ ਮਜ਼ਾ ਚਾਹ ਪਕੌੜੇ ਹੋਣ 'ਤੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਹੁਣ ਦਿੰਦੇ ਹਾਂ ਚਾਹੇ ਅਤੇ ਤੁਹਾਨੂੰ ਆਏਗਾ ਵੀ ਲੋਕ ਕਿੱਦਾਂ ਲੱਗੇ ਤੁਸੀਂ ਜ਼ਰੂਰ ਦੱਸਣਾ, ਲਾਈਕ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ। ਇਨਸ਼ਾਅੱਲਾ ਨਵੇਂ ਵੀ ਲੋਕ ਉਹਨਾਂ ਨੂੰ ਮਿਲਾਂਗੇ ਅਤੇ ਰੱਬ ਰਾਖਾ ਕਰਦੇ ਹਾਂ। ਤਾਂ ਬੜਾ ਮੌਸਮ ਖਾ ਦਿਉ ਨਾ ਹੋਰ ਥੋੜ੍ਹੇ ਦੀ ਕਰਕੇ, ਇੱਧਰੋਂ ਦੀ ਐਨ ਘੁਮਾ ਦਿਉ। ਦੇਖੋ ਜੀ ਮਾਸ਼ਾਅੱਲਾ ਕਿੰਨਾ ਬੱਦਲ ਆਇਆ ਹੋਇਆ ਵਾ, ਬੜਾ ਹੀ ਜ਼ਬਰਦਸਤ। ਅਤੇ ਹਜੇ ਵੀ ਹਲਕੀ ਹਲਕੀ ਨਾ ਭੂਰ ਪੈਣ ਡਈ ਹੈਗੀ ਆ, ਠੰਡੀ ਹਵਾ ਚੱਲਣ ਡਈ ਅਤੇ ਬਾਰਿਸ਼ ਹੋਰ ਵੀ ਆਉਣ ਦੇ ਮਕਾਨ ਹੈਗੇ ਆ। ਬੜਾ ਮਜ਼ਾ ਆਉਣ ਡਿਆ ਹੈਗਾ, ਤੁਸੀਂ ਵੀ ਹੈਗੇ, ਤੁਹਾਡੇ ਕੋਲ ਵੀ ਬਾਰਿਸ਼ ਆਉਂਦੀ ਤਾਂ ਤੁਸੀਂ ਵੀ ਇੰਜੋਏ ਕਰਿਆ ਕਰੋ, ਚਿਲ ਮਸਤੀ ਕਰਿਆ ਕਰੋ ਅਤੇ ਨਵੇਂ ਵੀ ਲੋਕ ਨਾਲ ਮਿਲਾਂਗੇ ਇਸ ਵੀ ਲੋਕ ਨਾਲ ਜੀ। ਰੱਬ ਰੱਖਾ।